ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਿੱਲੀ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਐ ਜੋਰਾਂ ਤੇ ਚੱਲ ਰਹੀਆਂ ਨੇ 20-25 ਵਹੀਕਲ ਰੋਜ਼ ਜਥੇਬੰਦੀ ਦੇ ਕੁੰਡਲੀ ਬਾਰਡਰ ਦਿੱਲੀ ਨੂੰ ਰਵਾਨਾ ਹੁੰਦੇ ਨੇ ਬਹੁਤ ਵੱਡਾ ਜਥਾ ਉੱਥੇ ਦਿੱਲੀ ਦੇ ਅੰਦਰ ਇੰਟਰ ਕਰਕੇ ਮੋਰਚਾ ਚਲਾ ਰਿਹਾ ਵਾ ਔਰ ਇਹਦੇ ਨਾਲ ਜਿਹੜੀ ਕੇਂਦਰ ਸਰਕਾਰ ਆ ਹੁਣ ਮਸਲੇ ਦਾ ਹੱਲਤਾ ਨਹੀਂ ਕਰਨਾ ਚਾਹੁੰਦੀ ਉਹ ਜਥੇਬੰਦੀਆਂ 'ਚ ਫੁੱਟ ਪਾਉਣਾ ਚਾਹੁੰਦੀ ਆ ਔਰ ਉਹ ਜ਼ੋਰ ਲਾ ਰਹੀ ਆ ਹਰਿਆਣੇ ਦੇ ਕੋ ਆਮ ਕਿਸਾਨ ਵੀ ਸੱਤ ਕੇ ਇਹ ਪ੍ਰਚਲਿਤ ਕਰਨੀਆਂ ਗੱਲਾਂ ਵੀ ਇਹ ਤਾਂ ਸਾਡੀਆਂ ਮੰਗਾ ਮੰਨ ਰਹੇ ਆ ਜਾਂ ਸੋਧਾਂ ਕਾਨੂੰਨ ਵਿੱਚ ਕਰਨ ਵਾਲੀ ਗੱਲ ਉਹ ਗੱਲ ਕੀਤੀ ਜਾ ਰਹੀ ਆ ਇਹ ਕੇਂਦਰ ਦੀਆਂ ਕੋਸ਼ਿਸ਼ਾਂ ناکਾਮ ਜਾਂ ਕਰਾਂਗੇ ਨਾ ਤੇ ਫੁੱਟ ਪੈਣ ਦੇਾਂਗੇ ਨਾ ਅੰਦੋਲਨ ਨੂੰ ਬਦਨਾਮ ਕਰਨ ਦੇਾਂਗੇ ਸੋ ਜਿੰਨੀ ਦੇਰ ਤੱਕ ਖੇਤੀ ਦੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ ਤੇ ਸਾਰੀਆਂ ਫਸਲਾਂ ਦੀ ਖਰੀਦੀ ਗਰੰਟੀ ਵਾਲਾ ਕਾਨੂੰਨ ਨਹੀਂ ਆਉਂਦਾ ਇਹ ਅੰਦੋਲਨ ਚੱਲੂਗਾ ਔਰ ਤੁਸੀਂ ਭਰੋਸਾ ਰੱਖਿਓ ਪੰਜਾਬ ਦੇ ਕਿਸਾਨੋ ਮਜ਼ਦੂਰੋ ਇਹੋ ਲਹਿਰ ਵੱਡੀ ਹੋ ਗਈ ਆ ਇਹ ਲਹਿਰ ਵਿਦੇਸ਼ਾਂ ਤੱਕ ਪਹੁੰਚ ਗਈ ਆ ਔਰ ਜਿਸ ਤਰ੍ਹਾਂ ਨਾ ਪੰਜਾਬੀਆਂ ਨੇ ਭਾਰਤ ਬੰਦ ਦਾ ਸਮਰਥਨ ਕੀਤਾ ਵਾ ਸਮਰਥਨ ਕੀਤਾ ਵਾ ਸੀ ਉਹਨਾਂ ਦੇ ਰਿਣੀ ਆ ਬਹੁਤ ਵੱਡਾ ਸੋ ਕਬਰਾਈ ਹੋਈ મોદી ਸਰਕਾਰ ਹੁਣ ਫੁੱਟ ਪਾਉਣ ਵਾਲੇ ਪਾਸੇ ਨੂੰ ਵੱਧ ਰਹੀ ਆ ਇਸੇ ਕਰਕੇ ਅਸੀਂ ਕਹਿੰਦੇ ਰਹੇ ਆ ਕਿ ਦੇਸ਼ ਦੀਆਂ ਸਾਰੀਆਂ ਜਥੇਬੰਦੀਆਂ ਨੂੰ ਸਦੋ ਪ੍ਰਧਾਨ ਮੰਤਰੀ ਜੀ ਮੀਟਿੰਗ ਲੈਣ ਸਾਨੂੰ ਪਤਾ ਉਹਨਾਂ ਤੋਂ ਥੱਲੇ ਫੈਸਲਾ ਹੋਣਾ ਹੀ ਨਹੀਂ ਹੈਗਾ ਸਰਕਾਰ ਦੀ ਨੀਅਤ ਹੀ ਨਹੀਂ ਹੈਗੀ ਇੱਕ ਬੰਨੇ ਗੱਲਾਂ ਕਹਿ ਰਹੀਆਂ ਸਾਡੇ ਕਾਨੂੰਨ ਚੰਗੇ ਆ ਇੱਕ ਬੱਲੇ ਮੀਟਿੰਗਾਂ ਕਰਨੀਆਂ ਇੱਕ ਬੰਨੇ ਦਿੱਲੀ 'ਚ ਬੈਰੀਕੇਟਿੰਗ ਕਰਨੀ ਇੱਕ ਬੰਨੇ ਅਰਧ ਸੈਨਿਕ ਫੋਰਸ ਵਧਾਉਣੇ ਇਹ ਸਾਡੇ ਲਈ ਗੱਲਬਾਤ ਦਾ ਸਹੀ ਟਾਈਮ ਨਹੀਂ ਹੈਗਾ ਇਸ ਕਰਕੇ ਲਗਾਤਾਰ ਪੰਜਾਬ ਵਿੱਚ ਵੀ ਅੰਦੋਲਨ ਕਰ ਰਹੇ ਆ ਦਿੱਲੀ 'ਚ ਵੀ ਅੰਦੋਲਨ ਕਰ ਰਹੇ ਆ ਤੇ ਲਗਾਤਾਰ ਅੰਦੋਲਨ ਜਾਰੀ ਹੋਊਗਾ ਤੁਸੀਂ ਵੇਖੋਗੇ 11 11 ਦਸੰਬਰ ਨੂੰ 50000 ਤੋਂ ਉੱਪਰ ਦਾ ਰੇਲਾ ਦਿੱਲੀ ਵੱਲ ਨੂੰ ਵਧੂਗਾ ਔਰ ਅੱਜ ਸ਼ਾਮ ਨੂੰ ਸੂਬਾ ਕੋਰ ਕਮੇਟੀ ਮੀਟਿੰਗ ਕਰਕੇ ਜਿਹੜੀਆਂ ਕੇਂਦਰ ਸਰਕਾਰ ਦੀ ਨੀਤੀ ਦਾ ਮੋੜਵਾ ਜਵਾਬ ਦੇਣ ਲਈ ਅਹਿਮ ਫੈਸਲੇ ਕਰੂਗੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ